ਅਸਾਂ ਤੱਕ ਅਜੇ ਮੰਗਲਾ ਡੈਮ ਨੇ ਪਾਣੀਆਂ ਵਿੱਚ ਕਲਰ ਵੜੀ ਮਸਜਿਦ ਪੂਰੀ ਨਹੀਂ ਪੂਰੀ ਡੁੱਬੀ ਚੁੱਕੀ ਆ, ਉਸਨੇ ਇਰਦ ਗਿਰਦ ਪਾਣੀ ਹੀ ਪਾਣੀ ਹੋ ਚੁੱਕਿਆ ਔਰ ਮਸਜਿਦ ਨੇ ਅੰਦਰ ਪਾਣੀ ਫਿਰ ਹੀ ਗਿਆ ਜੀ। ਇਹ ਮੰਗਲਾ ਡੈਮ ਨਾਲ ਪਾਣੀ ਨਾ ਮਸਜਿਦਾਂ ਤੱਕਣਾ ਤਾਂ ਨਾ ਹੀ ਦਰਬਾਰਾਂ ਤੱਕਣਾ ਨਾ ਹੀ ਘਰ ਤੱਕਣਾ, ਤਾਂ ਉਹ ਪਾਰਸਾਂ ਤੱਕਣਾ ਸੋਇਆ ਖੁਸ਼ਕੀ ਵਿੱਚ ਦੱਸਾਂ ਕਿ ਢੇਰੀ ਨਜ਼ਰ ਆ ਜਿਹੜੀ ਅਸੀਂ ਆ ਉਹ ਹੈ ਪੀਰ ਸ਼ਰੀਫ ਦੀ ਢੇਰੀ, ਉਹ ਵੀ ਹੁਣ ਥੋੜ੍ਹੀ ਜਿਹੀ ਰਹਿਣੀ ਆ, ਬਾਕੀ ਦਰਬਾਰ ਜਿਹੜੀ ਆ ਜੀ ਉਹ ਐਦਾ ਨੀਚਾ ਸੀ ਤਾਂ ਉਹ ਤਾਂ ਮੁਕੰਮਲ ਡੁੱਬੀ ਚੁੱਕਿਆ, ਤਾਂ ਪਾਣੀ ਸਾਨੂੰ ਤੱਕ ਕਿਹਾ ਜੀ ਕਿਤਨਾ ਡੂੰਘਾ ਆ। ਇਸ ਵੇਲੇ ਮੈਂ ਗੋਡੇ ਡੁੱਬੀ ਚੁੱਕੇ ਦੱਸਾਂ ਕਿ ਇੱਥੇ ਕਬਰ ਨਜ਼ਰ ਸ਼ੁਰੂ ਸੀ ਜੀ ਗੁਲਾਮ ਮੁਸਤਫਾ ਵਾਲ ਦਰਵੇਸ਼। ਜੀ ਮੇਰੇ ਦੋਸਤੋ ਸਲਾਮ ਅਲੈਕੁਮ, ਉਮੀਦ ਕਰਨਾ ਸਭ ਠੀਕ ਠਾਕ ਸੋ ਹੈ, ਖੁਸ਼ ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ। ਮੈਂ ਰਾਸ਼ਿਦ ਸ਼ਬੀਰ ਸਾਂ ਤੱਕ ਜਿਹੜੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸਾਡੀ ਖਿਦਮਤ ਫਿਰ ਆਜ਼ਰਾ ਜੀ ਕਰ ਨਈ ਵੀਡੀਓ ਕਿ ਨਹੀਂ ਤਾਂ ਮੌਸਮ ਜਿਹੜਾ ਜੀ ਅੱਜ ਇੰਤਹਾਈ ਖੂਬਸੂਰਤ ਹੈ, ਚਾਰ ਵੀ ਚੰਨੇ ਪਏ ਹਲਕੇ ਹਲਕੇ, ਪਰ ਗਰਮੀ ਜਿਹੜੀ ਹੈ ਜੀ ਉਹ ਉਸਤ ਰਿਹਾ, ਸੂਰਜ ਵਾਲੀ ਸਾਈਡ ਮੂੰਹ ਸਿੱਧਾ ਕੋਈ ਨਹੀਂ ਹੋਣਾ, ਮੌਸਮ ਹੁਣ ਸਿੱਧਾ ਹੋਣਾ ਪਿਆ, ਚਲੋ ਤੱਕਿਆ ਹੋਣਾ ਕਿਆ। ਤਾਂ ਬਾਕੀ ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਘਰ 'ਚ ਹੀ, ਗਾਂ ਅੱਜ ਵਧੀ ਵੀ ਹੈ, ਛਾਵਾਂ ਰਾਟ ਅੱਗੇ ਬਹਿ ਰਹੀ ਸੀ ਤਾਂ ਹੁਣ ਚੁੱਪ ਕਰੀ ਗਈ ਆ, ਉਹ ਦੱਸਦੀ ਕੰਡਾ ਪਿਆ ਸੀ ਆ, ਮੀਨ ਕਿ ਬੱਕਰੀ ਜਿਹੜੀ ਆ ਸੀ ਨਾ ਜੀ ਉਹ ਵੀ ਘਰ ਸੀ ਆ, ਗਾਂ ਬੱਕਰੀਆਂ ਦੋਵੇਂ ਘਰ, ਕਿਉਂ ਗਰਮੀ ਇਤਨੀ ਆ ਬਾਹਰ ਸਿੱਧਾ ਹੋਣਾ ਕੋਈ ਮੂੰਹ, ਤਾਂ ਫਿਰ ਗਾਈਆਂ ਉੱਥੇ ਜੀ ਕਸਣ ਕਿਆ, ਗਾਈਆਂ ਮੰਝਾਂ ਜਿਹੜੀਆਂ ਜੀ ਉਹ ਵੀ ਲੋੜੀਆਂ ਪਾਣੀ, ਫਿਰ ਇਹਨਾਂ ਕਿ ਸਾਂ ਬੰਨੀ ਉੜਿਆ ਸੀ ਆ ਘਰ ਤਾਂ ਕਿ ਸਾਂ ਆਰਾਮ ਕਰਵਾ, ਘਰ ਬਾਹਰ ਨਾ ਜਾਵੇ, ਬਾਹਰ ਜਿਹਦੇ ਸਾਂ ਪਰੇਸ਼ਾਨ ਹੋ ਸੋਏ ਤਾਂ ਇਸ ਬਿਹਤਰ ਸਾਂ ਘਰ ਹੀ ਟੀਆਂ ਰਹੋ। ਫਾਈਨਲੀ ਇਸ ਵੇਲੇ ਮੈਂ ਪਹੁੰਚੀ ਆਇਆ ਜੀ ਸਿਆਹ ਰੋਡਿਆਂ ਪਰ, ਹਵਾਵਾਂ ਨਸੋ ਨਸ ਜੇ ਰਹੀ ਆ, ਗਰਮੀ ਇਤਰੀ ਆ ਵਾਵਾਂ ਕਹਿ ਗਿਆ, ਬਾਕੀ ਆਦਾ ਹੀ ਹਵਾਵਾਂ ਖਲਤੀ ਆ, ਇਹ ਸਾਰਾ ਇੰਤਜ਼ਾਰ ਕਰੀ ਰਹੇ ਔਰ ਮੋਟਰਸਾਈਕਲ ਦੇ ਕਰੀ ਰਹੇ, ਕਿਉਂਕਿ ਮੋਟਰਸਾਈਕਲ ਆ ਪਰੂ ਲੈਣ ਨਾਲ ਟਾਈਮ ਇਹਨਾਂ ਕੋਲੋਂ ਵੀ ਕੋਈ ਨਹੀਂ ਆ। ਸਾਰਾ ਗ੍ਰਾਮ ਸਾਰਾ ਪਿਆਰਾ ਗ੍ਰਾਮ ਮਾਸ਼ਾਅੱਲਾ ਸਾਂ ਤੱਕ ਮੰਝਾਂ ਮੰਝਾਂ ਚੜੀ ਦੀਆਂ ਜਾਂ ਪੰਨੀ 'ਚੋਂ ਮਸੇ ਮਸੇ ਨੱਚਦੇ ਗਈਆਂ ਜਾਂ, ਕਿਉਂਕਿ ਤੁਸੀਂ ਪਤਾ ਹੀ ਅੱਜ ਕੱਲ੍ਹ ਪਾਣੀਆਂ ਤੋਂ ਬਗੈਰ ਗੁਜ਼ਾਰਾ ਕੋਈ ਨਹੀਂ ਥਾ। ਅਸਲਾਮ ਅਲੈਕੁਮ, ਅਸਲਾਮ ਅਲੈਕੁਮ, ਕੱਲ੍ਹ ਜੀ ਠੀਕ ਹੋ, ਅੱਜ ਕੁਦਰ ਭਿੰਨੇ ਹੋ, ਧੁੱਪੈ ਧੁੱਪੈ ਰੋਡ ਬਣਨੀ ਵੀ, ਕਿਹੜੀ ਰੋਡ ਬਣਨੀ ਵੀ, ਰੋਡ ਬਣਨ ਗਈ ਆ, ਹਾਲੀ ਜਾ ਵਸਾ ਨਾ ਕੱਟੀ ਆ ਬੂਟੀ, ਹਾਂ ਡੀਸੀ ਤਾਂ ਉਹ ਵੀ ਬਣੀ, ਹਾਂ ਅੱਜ ਬਣਤੀ ਆ, ਹਾਂ ਠੀਕ ਹੋ ਗਿਆ, ਪੱਖੇ ਸ਼ੱਖੇ ਲਗੇ ਠੀਕ ਹੋ ਗਿਆ, ਮੈਂ ਗੁੱਡ ਹੋ ਗਿਆ, ਚੰਗਾ ਹੋ ਗਿਆ, ਰੋਡ ਸ਼ੋਡ ਵੀ ਬਣੀ ਗਿਆ ਤਾਂ ਹੁਣ ਵਾਮ ਜਿਹੜੀ ਆ ਜੀ ਉਹ ਅੰਦਰ ਈਜ਼ੀਲੀ ਜਾ ਸਕਣੀ ਆ, ਬੂਟੀ ਗਿਆ ਇਤਨੀ ਸੀ ਆ ਤਾਂ ਹੁਣ ਚਲੋ ਬੂਟੀ ਛੁੱਟੀ ਵੀ ਤਕਣੀ ਨਹੀਂ ਪੈਣਗੀ ਆ, ਡਾਇਰੈਕਟ ਬੰਦਾ ਅੰਦਰ ਲਗਾ ਜਾ ਸੀ ਆ। ਬਾਕੀ ਵੀ ਬੇ ਬਾਓ ਆ ਕਿ ਤੁਸੀਂ ਵਿਹਲੇ ਹੋ, ਹਾਂ ਹਾਂ ਮੈਂ ਕੋਈ ਬਿਜ਼ੀ ਸ਼ੀਜ਼ੀ ਲੱਗਣੇ ਆ, ਤਾਂ ਚਾਹਾਂ ਖਾਈ ਰਹੇ ਰੋਡਿਆ ਪਰ ਸੁੱਤੇ ਉੱਠੇ ਹੋ, ਗਰਮੀ ਜ਼ਿਆਦਾ ਆ, ਮੈਂ ਅੱਜ ਸੰਗੀ ਜੋਲੇ ਆ ਪਹਿਨੇ ਸਾਰ ਤਾਂ ਗਰਮੀ ਜਿਹੜੀ ਆ ਸਾਨੂੰ ਖਤਮ ਕਰੀ ਜਾਂਦਾ ਹਾਂ। ਅਜੇ ਇਸ ਵੇਲੇ ਮੈਂ ਪੁੱਛੀ ਆਇਆ ਜੀ ਸਮਰੋਠੇ ਮੋੜੇ 'ਚ, ਆਹ ਮਾਸ਼ਾਅੱਲਾ ਸਾਂ ਤੱਕੋ ਜੀ ਰੌਣਕਾਂ ਸਮਰੋਠੇ ਮੋੜ ਨਹੀਂ ਆ, ਆਹ ਸਾਰੇ ਪਾਪਾ ਵਾਲੇ ਜੇ ਰਹੇ ਜੀ, ਸਮਾਨ ਸਮਾਨ ਖੜੀ ਰਹੇ, ਚਲਤੀ ਫਿਰਤੀ ਦੁਕਾਨ ਆ ਰਹੀ ਆ ਸਮਰੋਠੇ ਮੋੜੇ 'ਚ, ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਕਿਆ ਹੀ ਬਾਤ ਹੈ ਜੀ, ਕਿਆ ਹੀ ਬਾਤ ਹੈ, ਸਾ ਬਰਤਨ ਸੰਗੀ ਮਿਲੀ ਸਕਣੇ, ਖਾਨ ਸਾਹਿਬ ਖੜੀ ਰਹੇ, ਖਾਨ ਸਾਹਿਬ ਕਿਆ ਹਾਲ ਹੈ, ਥੱਕ ਗਿਆ ਹੈ ਕੌਣ ਸਭਾ ਨੇ, ਇੱਧਰ ਅੱਗੇ ਗਿਆ ਵਾ ਸਾ, ਮੈਂ ਚਲੋ ਹੁਣ ਅੱਗੇ ਜਿੱਦਾਂ ਜੁੱਲੇ ਉੱਧਰ ਵੀ ਇੱਛੂ ਹੈ, ਸਮੋਸੇ ਪਕੌੜੇ ਚਿਪਸ ਮਟਰ ਪਕੌੜ ਹੋਈ ਗਏ ਗਿਆ, ਪਤਾ ਨਹੀਂ ਕਿੱਧਰ ਗਏ। ਉਸਤਾਦ ਜੀ ਕੀ ਹਾਲ ਹੈ, ਠੀਕ ਹੋ, ਅੱਜ ਕੱਲ੍ਹ ਦੁਕਾਨਾਂ ਲੱਭਣੀ ਜਾਣੀ ਹੋ, ਗਾਇਬ ਹੋ ਜਾਣੀ ਹੋ, ਅੱਗੇ ਮੈਂ ਕੈਮਰਾ ਆਨ ਕੀਤਾ ਉਸਤਾਦ ਉੱਧਰ ਗਾਇਬ ਹੋ ਗਏ, ਪਤਾ ਨਹੀਂ ਕਿੱਧਰ ਗਏ, ਦੁਕਾਨਾਂ ਗਿਆ ਸੋਇਆ, ਸਮਾਨ ਤਾਂ ਆਲਮੋਸਟ ਹਮ ਕਈ ਉੜਿਆ ਤਾ, ਥੋੜ੍ਹਾ ਰਹਿ ਗਿਆ, ਅਸੀਂ ਕਿਆ ਦੱਸੋ ਹੈ, ਜਿਹੜੀ ਚੀਜ਼ ਚੰਗੀ ਹੋਇਆ ਸਾਨੀ
ਚਿਪਸ ਆ, ਪਕੌੜਨ ਉਹ ਇੱਥੇ ਬੇ ਦਿਖਾਵਾਂ ਪਏ ਸੀ, ਅਸਾਂ ਦੂਰ ਜਾਣਾ ਆ, ਸਾਰੀ ਚੀਜ਼ਾਂ ਜੀ ਅਸਾਂ ਦੂਰ ਜਾਣਾ, ਹਰ ਚੀਜ਼ ਪਾਰਸਲ ਜਾਣੀ ਹੈ। ਅਸਾਂ ਵਾਸਤੇ ਮਾੜਾ ਹੈ ਜੀ, ਸਮੋਸਾ ਹੀ ਠੀਕ ਹੈ, ਠੀਕ ਹੋ ਗਿਆ ਜੀ, ਸਮੋਸੇ ਦੋ ਬਾਈ ਦਿਓ ਆਪਣੇ ਪਿਆਰੀਆਂ ਥਾਣਾ, ਕੁਮਵਾੜੀਆਂ ਥਾਣਾ, ਕੁਮਵਾੜੇ ਨਾ ਜੇ ਬੰਤੇ ਦੇਣੀ ਨਾ, ਅਜੇ ਕੁਝ ਵੀ ਨਹੀਂ ਆਇਆ, ਅਜੇ ਕੁਮਵਾੜੇ ਦਾ ਰਸ ਹੋਈ, ਕੁਮਵਾੜੇ ਮਾੜੇ ਹਾਲੇ। ਚਲੋ ਜੀ, ਅੱਲਾ ਬਿਹਤਰ ਕਰਸੀ ਹੈ, ਤਾਂ ਬਾਕੀ ਉਸਤਾਦ ਸਮੋਸੇ ਸਮੋਸੇ ਕਿੰਦੇ। ਹਾਂਜੀ, ਇਸ ਲਈ ਮੈਂ ਪੁੱਛੀ ਆਇਆ ਜੀ ਰਾਏਪੁਰ ਬਾਜ਼ਾਰ, ਰਾਏਪੁਰ ਬਾਜ਼ਾਰ ਨਾ ਵਿਊ ਆਵਾਮ ਆਪਣੇ ਘਰਾਂ ਜੇ ਹੀ ਆ, ਕੰਮ ਕਾਜ ਕਰੀ ਤਾਂ ਮਾਸ਼ਾਅੱਲਾ ਵਿਊ ਜਾ ਜੋ ਬਹੁਤ ਹੀ ਪਿਆਰਾ। ਇਸ ਲਈ ਮੈਂ ਮੌਜੂਦ ਹਾਂ ਜੀ ਉਹ ਰਾਏਪੁਰ ਚੌਂਕ ਹੀ ਮੌਜੂਦ ਹਾਂ, ਇਹ ਤੁਸੀਂ ਦੇਖ ਸਕਦੇ ਹਾਂ ਜੀ ਸਮਰੋਠੇ ਵਾਲੀ ਸਾਈਡ, ਇਹ ਤੁਸੀਂ ਦੇਖ ਸਕਦੇ ਹਾਂ ਜੀ ਡਿਡਿਆਲ ਵਾਲੀ ਸਾਈਡ, ਤਾਂ ਇੱਧਰ ਤੁਸੀਂ ਦੇਖ ਸਕਦੇ ਹਾਂ ਜੀ ਪਾਪੇ ਹੋਰਾਂ ਨੇ ਪਿੱਛੇ ਰਾਏਪੁਰ ਗ੍ਰਾਂਚ, ਇੱਕ ਚੀਜ਼ ਚੇਂਜ ਕੀਆ ਜਾਂਦਾ ਹੈ। ਚਲੋ ਇੱਕ ਚੀਜ਼ ਕਿੰਨੀ ਜਿਹੜਾ ਪਾਰ ਲੱਗੀ ਆ ਮੰਡੀ ਆਵਾਮ ਉੱਥੋਂ ਕਿ ਨੀਰ ਆ ਸਸਤੀਆਂ ਚੀਜ਼ਾਂ, ਮਾਸ਼ਾਅੱਲਾ। ਅਸਲਾਮ ਵਾਲੇਕੁਮ, ਕੀ ਹਾਲ ਹੈ ਜੀ, ਠੀਕ ਹੋ ਖਾਨ ਸਾਹਿਬ, ਕੀ ਹਾਲ ਹੈ, ਠੀਕ ਹੋ? ਹਾਂ, ਇੱਥੇ ਮੰਡੀ ਲੱਗੀ ਆ ਸਸਤੀ ਮੰਡੀ, ਤਾਂ ਵਾਮ ਆਈ ਰਹੀ ਆ ਕਿ ਨੀਰੀ ਆ ਚੀਜ਼ਾਂ, ਰਸ਼ ਇੱਥੇ ਕੀ ਹੈ ਫਿਰ, ਪਿਆਰਾ ਅੱਛਾ ਤਾਵਨ ਕਰਨਾ ਆ, ਸਾਨੂੰ ਤਾਂ ਚਾਚੇ ਹੋਰਾਂ ਨੇ ਬਾਣੀਆਂ ਸੱਦਾ ਕਿਸਾ ਬਾਈ ਚਾਚਾ ਛਾਪੜਾ ਹਵਾ ਹੋਣੀ ਸੀ, ਚਾਚੇ ਦਾ ਪੁਰਾਣਾ ਤਰੀਕਾ ਕੱਢਿਆ ਆ ਕੋਈ। ਚਾਚਾ ਕਿਤਨਾ ਕਿਲੋ ਹੈ, ਕਿਤਨੇ ਕਿਲੋ ਹੈ, 60 ਰੁਪਏ ਕਿਲੋ, ਤਾਂ ਕਿਲੋ ਕਿਤਨਾ ਨਿਕਲਦਾ ਹੈ, 9.5 ਕਿਲੋ, ਠੀਕ ਹੋ ਗਿਆ। ਤਾਂ ਚੱਕਣ ਕੀਤਾ ਨੇ ਪੱਕਾ ਕੱਚਾ, ਚੱਕਣ ਨੇ ਕੀਤਾ ਕੱਟ ਲਈਦਾ, ਵੈਸੇ ਨਹੀਂ ਲਗਾਤਾ, ਇਸਕੇ ਸਿਰ ਪੇ ਮਾਰਨਾ ਥਾ, ਇਸਕੇ ਸਿਰ ਪੇ ਮਾਰ ਕੇ ਚੈੱਕ ਕਰਨਾ ਥਾ, ਕੱਚਾ ਹੈ ਪੱਕਾ ਹੈ, ਅਗਰ ਟੁੱਟ ਗਿਆ ਤਾਂ ਪੱਕਾ ਹੈ, ਇਹ ਨਾ ਗਾ ਸੇ ਹੋਰ ਲੈ ਆਏ, ਯੇ ਇਧਰ ਹੀ ਛੋੜ ਦੇ, ਨਹੀਂ ਨਹੀਂ ਇਹ ਢੂੰਢ ਲਏਗਾ, ਹੋ ਸਕਦਾ ਗਰ ਇਸ ਮੈਂ ਬਾਗ ਲਗਾਇਆ ਹੋ, ਬਾਕੀ ਮਾਸ਼ਾਅੱਲਾ ਵਾਹ ਮਿੱਠਾ ਇੰਜੋਏ ਕਰੀ ਰਹੀ ਆ ਜੀ, ਫਰੂਟ ਵਗੈਰਾ ਕਿ ਨਹੀਂ ਰਿਹਾ, ਤਾਂ ਅੱਜ ਕੱਲ੍ਹ ਸੀਜ਼ਨ ਜਿਹੜਾ ਜੀ ਦੁਮਾਣੇ ਆਉਣਾ, ਗਰਮੀ ਵੀ ਬਹੁਤ ਜ਼ਿਆਦਾ, ਗਰਮੀ ਵੀ ਬਹੁਤ ਜ਼ਿਆਦਾ ਹੈ, ਆਓ ਚੱਲੇ ਡੈਮ ਪੇ ਚੁੰਮੀ ਮਾਰਨਾ, ਯਾਰ ਆ ਸਾਹੁਣ ਆਇਆ ਡੈਮ ਸੇ, ਚੁੰਮੀ ਮਾਰ ਆਇਆ, ਪਾਣੀ ਬੜਾ ਗਰਮ ਹੈ, ਠੀਕ ਹੈ ਤੁਸੀਂ ਇੱਥੇ ਹੀ ਖਲਿਆ ਹੈ, ਮੈਂ ਚਲਿਆ, ਗਰਮੀ ਬਹੁਤ ਜ਼ਿਆਦਾ ਹੈ, ਗਰਮੀ ਕਾ ਤੋੜ ਬਤਾਇਆ ਨਾ ਡੈਮ ਪੇ, ਚਲੋ ਮੇਰੇ ਸਾਥ, ਗਰਮੀ ਕਾ ਤੋੜ ਯਾ ਕਿ ਇੰਦਾਣਾ ਖਾਓ ਠੰਡਾ ਠੰਡਾ, ਤਾਂ ਪਾਣੀ ਪੂਰਾ ਹੋ ਸੇ, ਫਿਰ ਇਨਸ਼ਾਅੱਲਾ, ਤਾਂ ਜੋ ਬਾਹਰ ਜਿਸਮ ਕੋ ਗਰਮੀ ਲੱਗੀ ਆ ਉਸਕਾ ਕੀ ਕਰਨਾ ਹੈ, ਤਾਂ ਬਾਹਰ ਨਾ ਅੰਦਰ ਜੋ ਠੰਡਾ ਹੋਏ ਤਾਂ ਬਾਹਰ ਨਾ ਗੁਜ਼ਾਰਾ ਹੋ ਹੀ ਜਾਣਾ, ਗੁਜ਼ਾਰਾ ਹੋ ਜਾਣਾ, ਇਸਕਾ ਸਿਰ ਪੇ ਬਹੁਤ ਗਰਮੀ ਲੱਗ ਰਹੀ ਹੈ, ਇਸਕਾ ਕੀ ਕਰਨਾ ਹੈ, ਇਸਕਾ ਡੈਮ ਪਰ ਲੈ ਕੇ ਜਾਣਾ, ਇਧਰ ਸਰ ਗੰਜਾ ਕਰੋ, ਹਾਂ ਖੁੱਲਾ ਹਵਾ ਲੱਗੇਗਾ, ਇਹ ਕਹਤਾ ਤੇਲ ਵੀ ਮਾਰੋ ਸ਼ੋ ਤਾਂ ਗਰਮੀ ਖਤਮ, ਤੇਲ ਤੇ ਦੋਰ ਗਰਮੀ ਫਿਰ ਧੁੱਪ ਪਕੜਦਾ ਹੈ, ਜੁਮਾ ਦਾ ਤੇਲ ਲਗਾਉਣਾ ਇਸਕਾ, ਠੀਕ ਹੈ ਹਨ, ਗਰਮੀ ਦੂਰ ਹੋ ਜਾਏਗਾ, ਅੱਜ ਬਹੁਤ ਕੰਮ ਰਿਹਾ, ਕਿਆ ਵਜ੍ਹਾ, ਇੱਥੇ ਗਰਮੀ ਬਹੁਤ ਜ਼ਿਆਦਾ ਆ, ਇਹ ਪਾਰ ਕੀ ਮਾਹੌਲ ਜਿਹੜਾ ਜੀ ਠੰਡਾ ਠੰਡਾ, ਅਸਲਾਮ ਵਾਲੇਕੁਮ, ਕਿਆ ਹਾਲ ਜੀ, ਠੀਕ ਹੋ, ਕਿਆ ਨਾਂ ਹੈ ਪਾਪੇ ਨਾ, ਮੈਂ ਸਾ ਇੱਥੋਂ ਬੋਤਲ ਲੱਭਤੀ ਆ, ਤਾਂ ਪਰਸੋਂ ਆਪ ਉਧਰੋਂ ਆਉਣਾ ਪਿਆ ਬੋਤਲਾਂ ਦਾ, ਬੋਤਲਾਂ ਬਾਹਰੋਂ ਆਉਂਦੇ ਹੋ, ਠੀਕ ਹੈ ਗਿਆ, ਮਾਸ਼ਾਅੱਲਾ, ਅਸਲਾਮ ਵਾਲੇਕੁਮ, ਮਸ਼ੀਨਾਂ ਵਿੱਚੋਂ ਮੈਂ ਦਿਆਂ, ਹਾਂ ਹਾਂ ਪਾਪਾ, ਕੀ ਆਪੋ ਐ ਮਾਰੇ ਪਾਪਾ, ਐ ਸਗਣ ਪਾਪਾ ਓ ਜੀ, ਸਗਣ ਓ ਪਾਪਾ ਮਾਰੇ,
ਹਾਲਾਤ ਪਾਪਾ ਕੁਲਫੀ ਕਰ ਸਕਦੇ ਪੈਸੇ ਦਿਓ ਚਲੋ ਕੱਢੋ ਜੀ ਕੁਲਫੀ ਕੱਢੋ ਆਵਾਮ ਕੀ ਖੋਲੋ ਆਵਾਮ ਕੀ ਖੋਲੋ ਆਵਾਮ ਇਹ ਆਣ ਹੈ ਨਾ ਬੇਸੀ ਨਾ ਜੀ ਆਪੋ ਖਾਈ ਲਗਾ ਜਾ ਸੰਗੇ ਵਾਮੀ ਤੱਕ ਆਣੇ ਨਾ ਓਏ ਹੋਏ ਇਹ ਕਿਹੜਾ ਫਲੇਵਰ ਹੈ ਜੀ ਮੈਂਗੋ ਫਲੇਵਰ ਇਸ ਕੀ ਆਣੇ ਜੀ ਪਾਪਾ ਕੁਲਫੀ ਕਰ ਸਕਦੇ ਜੀ ਖੋ ਜੀ ਪਾਪਾ ਪਾਪਾ ਖਾਸਾ ਵੀਡੀਓ ਮੈਂ ਪੂਰੀ ਬਣਾ ਸਕਦਾ ਜਿਸਾ ਮੈਂ ਸੋ ਸਾ ਖਾਸਾ ਪਾਪਾ ਜੀ ਕੋ ਰੱਜੀ ਗਏ ਹੋ ਇਹ ਗਿਆ ਹੁਣ ਖਾਈ ਤਾਂ ਬਹੁਣਾ ਵਾਮ ਕੀ ਕੈਸੀ ਬਣਤੀ ਆ ਮੈਂ ਲੈਣ ਲਈ ਗਈ ਆ ਠੰਡੀ ਜ਼ਿਆਦਾ ਤਾਂ ਨਹੀਂ ਨਾ ਓਏ ਹੋਏ ਉਹਨਾਂ ਲਈ ਬਾਜ਼ਾਰੋਂ ਸਾਂ ਨਿਕਲੀ ਤਾਂ ਇਸ ਵੇਲੇ ਆਏ ਗਏ ਹਾਂ ਜੀ ਪੁਰਾਣੇ ਰਾਏਪੁਰ ਨੇ ਮਸਜਿਦ ਇਸੀ ਦੁਬਾਰਾ ਤਾਮੀਰ ਕੀਤਾ ਗਿਆ ਦੁਬਾਰਾ ਇਸਨੇ ਜਿਹੜੀ ਹੈ ਜੀ ਸ਼ਾਰਟ ਕੀਤੀ ਗਈ ਡੈਮੂ ਬਾਹਰ ਕੱਢੀ ਗਿਆ ਬਾਕੀ ਉਹ ਪਾ ਸਕਦਾ ਕਿਹਾ ਸੋਇਆ ਦਰਬਾਰ ਅਤੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਏਰੀਆ ਪੁਰਾਣਾ ਰਾਏਪੁਰ ਜਾਂ ਗਰਾਂ ਹੈ ਜੀ ਉਹ ਇਹਦਾ ਪਰਸੋਂ ਕੀ ਨਜ਼ਰ ਆ ਰਿਹਾ ਸੀ ਆ ਕੁਝ ਕਾਰ ਜਿਹੜੇ ਜੀ ਉਹ ਡੈਮੇਜ ਹੈ ਤਾਂ ਕੁਝ ਕਾਰ ਜਿਹੜੇ ਹੈ ਜੀ ਉਹ ਸਹੀ ਸਲਾਮਤ ਹੈ ਇਹਦਾ ਪਾ ਸਕਦਾ ਤੱਕਣਾ ਸੋਚ ਥਾ ਦੱਸਾਂਗੇ ਨਜ਼ਰ ਅਸੀਂ ਉਹ ਸਨ ਜੀ ਵਾਸ਼ਰੂਮਾਂ ਇੱਥੇ ਛੋੜ ਕੇ ਬਾਕੀ ਮਕਾਨ ਜਿਹੜਾ ਜੀ ਉਹ ਇੱਥੋਂ ਪੱਟੀ ਖੜਿਆ ਨੇ ਵਾਸ਼ਰੂਮਾਂ ਇਸ ਵਜ੍ਹਾ ਅਸੀਂ ਇੱਥੇ ਛੋੜ ਜਾਣਾ ਜ਼ਹਿਰ ਆਵਾਮ ਇੱਥੇ ਅਸੀਂ ਜੀ ਫਿਰਨੇ ਤੁਰਨੇ ਵਾਸਤੇ ਤਾਂ ਜਿਸ ਅਸੀਂ ਜ਼ਰੂਰਤ ਪੈਣਾ ਤਾਂ ਉਹ ਇੱਥੇ ਉਹ ਇਸਤੇਮਾਲ ਕਰੀ ਕਹਿੰਦਾ ਇੱਥੇ ਨਜ਼ਰ ਅਸੀਂ ਅਸੀਂ ਜੀ ਬੂਟਾ ਨਸੂੜੀਆਂ ਤਾਂ ਇਸ ਨਾਲ ਨਸੂੜੇ ਵਗੈਰਾ ਲੱਗੇ ਪਤਾ ਨਹੀਂ ਕੱਚੇ ਜਾਂ ਪੱਕੇ ਆਲਮੋਸਟ ਤਿਆਰ ਹੀ ਆ ਇੱਕ ਦੋ ਦਿਨ ਮੰਨ ਲਈ ਇਹ ਵੀ ਤਿਆਰ ਹੋਈ ਜਾਸੀ ਹੈ ਤਾਂ ਜਿਸ ਕਿਸੇ ਚਾਰ ਛਾਰ ਬਣਾਉਣ ਜੀ ਉਹ ਇੱਥੇ ਆਈ ਜਾਓ ਰਾਏਪੁਰ ਨੇ ਮਕਾਮ ਤਾਂ ਇੱਥੋਂ ਨਸੂੜੇ ਸਗੀ ਵਾਫਰ ਮਿਕਦਾਰ 'ਚ ਲੱਭ ਜਾ ਸਕਦਾ ਕੀ ਆਦਾ ਹੋਣਾ ਸੀ ਆ ਗੱਡਰ ਜਿਹੜਾ ਜੀ ਉਹ ਦੇ ਗਿਆ ਤਾਂ ਬਾਕੀ ਸਾਨੂੰ ਤੱਕਣੇ ਇਹ ਜਾਂ ਨਸੂੜੀਆਂ ਦਾ ਬੂਟਾ ਲਗਾ ਹੋਣਾ ਜੀ ਬੇੜੇ ਨੇ ਵਿੱਚ ਲਗਾਇਆ ਸੈਂਟਰ 'ਚ ਆਲਮੋਸਟ ਇਸਨੇ ਸਾਈਡਾਂ ਪਰ ਸੀਮਟ ਫਿਰਿਆ ਉਸ ਦਾ ਤਾਂ ਨਿੱਕਾ ਹੋਣਾ ਸੀ ਤਾਂ ਹੁਣ ਵੱਲ ਤਗੜਾ ਹੋਇਆ ਨਸੂੜੇ ਸ਼ੂਜੂੜੇ ਜਿਹੜੇ ਆ ਜੀ ਇਸ ਨਾਲ ਸਹੀ ਹੈ ਜਿਹੜੀ ਹਵਾਵਾਂ ਨਸੂੜੀਆਂ ਚਾਹ ਪਸੰਦ ਕਰਨੀਆਂ ਜੀ ਉਹ ਆਈ ਜਾਓ ਰਾਏਪੁਰ ਨੇ ਮਕਾਮ ਪਰ ਬੂਟਾ ਲੁੱਗਾ ਪਿਆ ਹੋਣਾ ਤਾਂ ਨਸੂੜੇ ਖੋਈ ਖੜੋਆ ਤਾਂ ਫਾਈਨਲੀ ਸਾਰਾ ਜਾਟੂ ਹੋਇਆ ਸੀ ਨਾ ਜੀ ਉਹ ਡੈਮਣੀ ਤਰਫ ਸੀ ਆ ਇਸ ਵੇਲੇ ਅਸਾਂ ਰਸਤੇ 'ਚ ਮੌਜੂਦ ਹਾਂ ਉਹ ਪਾਰ ਸੰਘੀ ਨਜ਼ਰ ਅਸੀਂ ਸੀ ਜੀ ਕਲਰ ਵਰੀ ਮਸਜਿਦ ਬਾਕੀ ਅਸਾਂ ਤਾਂ ਰਸਤੇ ਹੀ ਵਿਊ ਫੁੱਲ ਦੇਸੀ ਮਾਹੌਲ ਹੈ ਜੀ ਅੱਛਾ ਫਿਲਹਾਲ ਅਸਾਂ ਤੌਰ ਕੋਲ ਪਹੁੰਚੇ ਹਾਂ ਡੈਮ ਨੇ ਏਰੀਏ 'ਚ ਰਸਤੇ ਹੀ ਮੌਜੂਦ ਸਾਂ ਪਿਆਰੇ ਸਾਰੇ ਪਾਪਾ ਉਹ ਲੱਭੀ ਗਏ ਮੁਸਤਫਾ ਭਾਈ ਅਸਲਾਮ ਵਾਲੇਕਮ ਵਾਲੇਕਮ ਕਾਲਾ ਜੀ ਠੀਕ ਹੋ ਠੀਕ ਠਾਕ ਹੈ ਅੱਲਾਹ ਦਾ ਸ਼ੁਕਰ ਮਾਸ਼ਾ ਜੀ ਸੋ ਜੀ ਕਾਲਾ ਠੀਕ ਠਾਕ ਠੀਕ ਹੋ ਮਾਸ਼ਾ ਜੀ ਬੜਾ ਲੰਮਾ ਨਾ ਕਿੰਨੇ ਕਲ ਵੜੀ ਅਸਲੀ ਤੇਜ਼ ਬੋਲੀ ਰੋ ਲੋਕਾਂ ਨੂੰ ਸਮਝ ਨਹੀਂ ਲੈਣੀ ਮੈਂ ਥੋੜਾ ਸਲੋਲੀ ਬੋਲਾਂ ਤਾਂ ਵਾਮ ਕੀ ਸਮਝ ਆ ਜਾ ਹਾਲਾ ਮੈਂ ਕਿਹਾ ਕਿ ਆ ਤਾਂ ਸਹੀ ਧਰ ਦਿਲਾਣੇ ਅੱਜ ਤਾਂ ਤੁਸੀਂ ਸਹੀ ਨਿਕਾਹ ਦਾ ਮਾਹੌਲ ਕਿਤਾ ਹੈ ਨਿਕਾਹ ਚਿੱਟਾ ਸੂਟ ਲਾਈ ਆਇਓ ਡੇਮਨ ਏਰੀਆ ਵਿੱਚ ਤੇ ਸਮਝੀ ਨੂੰ ਨਿਕਾਹ ਹੀ ਕਰ ਰਿਹਾ ਆ ਤੇਰੇ ਆਹਾਂ ਹੋਈ ਗਿਆ ਸੋ ਨਿਕਾਹ ਜਿਹੜਾ ਗੱਲ ਕਿਹੜੀ ਦੀ ਸਮਝ ਹੋਈ ਗਿਆ ਹੋਈ ਗਿਆ ਆ ਗਿਆ ਤਾਂ ਫਿਰ ਟੋਨੇ ਵਾਸਤੇ ਡੈਮ ਹੈ ਮੈਂ ਤਾਂ ਕਿ ਸੁਣੀ ਸ਼ਾ ਅਪਡੇਟ ਆਪਣੀ ਯੂਟਿਊਬ ਫੈਮਿਲੀ ਦਸੀ ਜਾਂ ਕਿਆ ਬਣੇ ਵੇ ਪਾਣੀ ਚੜੀ ਰਿਹਾ ਹੋਰ ਕਿਆ ਹੁਣ ਤਾਂ ਸਲੋ ਨਹੀਂ ਹੋਈ ਗਿਆ ਸਲੋ ਕਿਆ ਮਤਲਬ ਮੈਂ ਅੱਜ ਹੀ ਆਇਆ ਕੋਈ ਤਕਰੀਬਨ 2 ਹਫ਼ਤਿਆਂ ਬਾਅਦ ਠੀਕ ਹੈ ਬਾਕੀ ਭਰਾਸ ਹੈ ਗੁੰਮਾ ਜਾ ਸਮੈਲ ਅਸੀਂ ਬੜਾ ਪਾਣੀ ਨਹੀਂ ਇਹ ਗੱਲ ਹੈ ਉਹ ਤਾਂ ਉਸੀ ਹੈ ਜ਼ਰ ਜਿਸ ਟਾਈਮ ਸੋਚ ਰਹੇ ਹੋ ਤਾਂ ਉਸ ਟਾਈਮ ਦਾ ਵੈਸੇ ਹੀ ਬਸ ਕਿਆ ਕਰੀਏ 3 ਵਜੇ ਨਿਕਲਦੇ ਸੋ 2 ਵਜੇ ਇਹ ਕੋਈ ਐਲ 3 ਟਾਈਮ ਹਾਂ ਜਾਰੀ ਗੱਲ ਹੈ ਧੁੱਪ ਤਾਂ ਇਹ ਗਰਮੀ ਨਹੀਂ ਤਕਣੀ ਬਣੀ ਇਹ ਗੱਲ ਹੈ ਪਾਗਲ ਤਾਂ ਨਾ ਹੋਏ ਨਾ ਨਾ ਪਾਗਲ ਗਿਆ ਅੱਲਾ ਸ਼ੁਕਰ ਹੁੰਦਾ 3 ਵਜੇ ਜਰਾ ਚਰਾ ਜ਼ਰਾ ਨਾ 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 ਉਸੀ ਹੈ ਸਰ ਹੋਰ ਸਿਹਤਾਂ ਦਾ ਵੀ ਤਾਂ ਮੈਂ ਇਹ ਗੱਲ ਸੁਟਾ ਹੀ ਪੁੱਛੀ ਰਿਹਾ ਸਾਂ ਕਿ ਚਿੱਟਾ ਸੂਟ ਸਾਂ ਕੀਆਂ ਪਾਈ ਤਾਂ ਇੱਕ ਬੰਦਾ ਤਾਂ ਆਣਾ ਜੇ ਕੱਪੜੇ ਲਾਏ ਇਹ ਲਾਈ ਸੱਟੀ ਚਾ ਡੈਮ ਨੇ ਏਰੀਆ ਜੁੜਿਆ ਰਾਇਤ ਸੇ ਚ ਤੂਰ ਖੁਕਲ ਉਸੀ ਹੈ ਗਰਮੀ ਕੋਣੀ ਅਲਹਮਦੁਲਿਲਾ ਗਰਮੀ ਦੀ ਵਜ੍ਹਾ ਸੋ ਨਹੀਂ ਤੂਰ ਖੁਕਲ ਵਾਲੀ ਵਜ੍ਹਾ ਸੋ ਨਾ ਨਾ ਕੁਝ ਨਹੀਂ ਕੋਣੀ ਹੈ ਰਹਿ ਲਈ ਤੇ ਉਹ ਲਈ ਸਾਂ ਜੀ ਕਾਰ ਹੈ ਜੀ ਠੀਕ ਹੈ ਜੀ ਤਾਂ ਬਾਕੀ ਕੋਈ ਸੀਨ ਕਰੋ ਜੀ ਅਸਾਂ ਤਾਂ ਸਦਨੇ ਕੋਣੀ ਕੱਲੀਆਂ ਕੱਲੀਆਂ ਸੀਨ ਕਰੀ ਉਹਨੇ ਖਾਣੇ ਪੀਣੇ ਵਾਲੇ ਤੁਸੀਂ ਧੁੱਪ ਸਖਤ ਪੈ ਰਹੀ ਹੈ
ਤੇ ਸੀਨ ਆਪਣਾ ਬਣ ਗਿਆ ਸੀ। ਅੱਜ ਮੈਂ ਪੁੱਛਿਆ ਤਾਂ ਹੁਣ ਤੁਸੀਂ ਕੱਲ ਪਰਸੋਂ ਵੀਡੀਓ ਲਾਈ ਹੋਸੀ ਅੱਜ ਡੈਮ ਨੇ ਏਰੀਆ ਸਾਂ ਇਹ ਪਕਾਇਆ ਤੁਸੀਂ ਅੱਜ ਆਈ ਗਏ ਸਾਰੇ ਪਿੱਛੇ ਤਾਂ ਪਰਸੋਂ ਇਨਸ਼ਾਅੱਲਾ ਬੁਲਾਈ ਸਾਂ ਬੁਲਾਣੀ ਜ਼ਰੂਰ ਤੁਹਾਨੂੰ ਸਾਂ ਭੁਆਈ ਜੇ ਸਾਂ ਨਾ ਨਾ ਸਾਂ ਕਦਾ ਕਦੂ ਐ ਸਾਂ ਨਾ ਨਾ ਜੀ ਡੈਮ ਚੰਨਾ ਸਾਂ ਇਸ ਮਾਰ ਚੱਕਰ ਇਹ ਸਾਂ ਆਇਆ ਸੀ ਕਲਰ ਬੜੀ ਮਸਤ ਤੋ ਡੁੱਬਣੀ ਪਈ ਆ ਮਾਰੇ ਲੈ ਇਹ ਗੱਲ ਹੈ ਹਾਂ ਕਾਲੀ ਗੱਲ ਡੁੱਬੀ ਪਾਣੀ ਫਰੀ ਗਿਆ ਕੋਣੀ ਨਾ ਫਰੀ ਗਿਆ ਆਈ ਗਿਆ ਥੋੜਾ ਕਰੋ ਸੀਨ ਤਾਂ ਪਰਸੋਂ ਇਨਸ਼ਾਅੱਲਾ ਆਈ ਜਾਣੇ ਜੀ ਕੱਲ ਮੈਸੇਜ ਕਰੋ ਜ਼ਰਾ ਬਸ ਵੈਲਕਮ ਜੀ ਰਾਖ ਤਾਈ ਜਸਾਂ ਸਾਂ ਹੈ ਮੈਸੇਜ ਜ਼ਰਾ ਬਸ ਹੋਤਾ ਅੱਲਾ ਸਹੀ ਤਰਫ ਹੋਈ ਸੀ ਮਤਲਬ ਕਿ ਜ਼ਰਾ ਕਨਫਰਮ ਹੈ ਜੇ ਸਮਾਂ ਕਰਤਾ ਉਸ ਦਾ ਬਿਜ਼ੀ ਰਹਾ ਕੋਈ ਸਿਸਟਮ ਆ ਫਿਰ ਬੰਦਾ ਟਾਈਮ ਕੱਢੀ ਤਾਂ ਸਪੈਸ਼ਲ ਆਈ ਜਾਣਾ ਕੀ ਹੈ ਇਹ ਦਾਵਤ ਜੀ ਕੀ ਸੀਨ ਹੋਵੇ ਕਿਸਨਾ ਜਸ ਨਾਲ ਤੁਹਾਨੂੰ ਰੱਖਣੇ ਹੋ ਅਸਾਂ ਖਾਣੀਆਂ ਲੈ ਚੋ ਸਾਂ ਸ਼ੌਂਕ ਹੈ ਵੈਸੇ ਤਾਂ ਸੋਨਾ ਫਿਰ ਮੈਂ ਕਹਿ ਨਹੀਂ ਬਰਾਵਾਂ ਵਾਲਾ ਅਸਾਂ ਜੇ ਕੁਝ ਸਰ ਖਾਸ ਹੋਇਆ ਤਾਂ ਇਨਸ਼ਾਅੱਲਾ ਅਸਾਂ ਹਾਜ਼ਰ ਹਾਂ ਨਾ ਅਸਾਂ ਕਰਨਾ ਹੀ ਨਾ ਮੈਂ ਨਾ ਖਾਦਾ ਤਾਂ ਇਹ ਖਾਈ ਹੋ ਸੀ ਹੈ ਕਿੰਨੇ ਯਾਰ ਸੀ ਹੁਣ ਇਹ ਰੋ ਲੈਣ ਮੈਂ ਅਨਸਰ ਮੈਂ ਸੋਂ ਐਸੋ ਤੇ ਜ਼ਹਿਰੀ ਗੱਲਾਂ ਕੈਮਰਾ ਮੈਂ ਸੋਂ ਜੀ ਤੁਸੀਂ ਆਪਣਾ ਮਤਲਬ ਪੂਰਾ ਕਰ ਸੋ ਤੇ ਉਹ ਭਾਈਆ ਨਾਲ ਆਈਏ ਸਰ ਨਾ ਵੈਸੇ ਨਾਲ ਅਸਾਂ ਸਿਕਿਉਰਿਟੀ ਮਾਰ ਜਾਂਦਾ ਹੋਣਾ ਸੇ ਪਤਾ ਅੱਜ ਕੱਲ ਖਤਰਾ ਬੜਾ ਆ ਖਤਰਾ ਕਹੇ ਥੜ ਕੋ ਨਾ ਥੈ ਆਪਣਾ ਡੜੈਲ ਸ਼ਹਿਰ ਹੈ ਖਤਰਾ ਕੈਸਾ ਮਾਚ ਇਹ ਨਾ ਉਹ ਲੱਪੜੀ ਕਿ ਨਹੀਂ ਜਾਂ ਤਾਂ ਕਿੰਤੀ ਬੰਦਾ ਸਾਂ ਕੋ ਕੋਈ ਸੇ ਕੋਣ ਪੋੜ ਸੀ ਇਹ ਗੱਲ ਹੈ ਕਿਆ ਕਰ ਸੀ ਪੋੜੀ ਤੇ ਕਾ ਤਾਂ ਵੀਡੀਓ ਬਣਵਾਉਣ ਵਾਲਾ ਨਾ ਆਹੋ ਹੀ ਸਕਣਾ ਹੋ ਹੀ ਸਕਣਾ ਚਲੋ ਠੀਕ ਹੈ ਫਿਰ ਇਨਸ਼ਾਅੱਲਾ ਗੱਪ ਹੋਣੀ ਹੈ ਉੱਥਾ ਵੀ ਦੇਣੇ ਲੋਕਾਂ ਦੀ ਅਪਡੇਟ ਡੈਮ ਨਹੀਂ ਸੋ ਤਾਂ ਜ਼ਰਾ ਦੇਈ ਤਾਂ ਹੁਣ ਸਾਡੀ ਬਾੜੀ ਆ ਮੰਗਲਾ ਡੈਮ ਨੇ ਏਰੀਆ ਸਾਂ ਤੱਕੋ ਜੀ ਮਾਸ਼ਾਅੱਲਾ ਦੇਸੀ ਮਾਹੌਲ ਲੈਲਾ ਪੈਡਾਂ ਚਰਾ ਸ਼ਰਾ ਇੱਥੇ ਕਰੀ ਰਹੀਆਂ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਲਈ ਰਹੀਆਂ ਜਾਂ ਸੀਨ ਹੈ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਜਾਂ ਸੀਨ ਸੋ ਕਿ ਸਿਰਫ ਮੰਗਲਾ ਡੈਮ ਨੇ ਏਰੀਆ 'ਚ ਹੀ ਲੱਭਸੀ ਹੈ ਜੀ ਮਾਸ਼ਾਅੱਲਾ ਮਾਸ਼ਾਅੱਲਾ ਮੈਂ ਕਿਆ ਹੀ ਬਾਤ ਹੈ ਜੀ ਕਿਆ ਹੀ ਬਾਤ ਹੈ ਜੀ ਮੰਗਲਾ ਡੈਮ ਨੇ ਏਰੀਆ ਕਿਆ ਰੌਣਕਾਂ ਲਈਆਂ ਜੀ ਕਿਆ ਰੌਣਕਾਂ ਲਈਆਂ ਉਹ ਪਾਸਾਂ ਤੱਕਣੇ ਵਾਸਤੇ ਖੋਤੀ ਖੋਤੀ ਬਈ ਨਾ ਸਮਾਨ ਸਮਾਨ ਬਹਿਆ ਖੋਤੀ ਜਿਹੜੀ ਆ ਜੀ ਉਹ ਪਛਾਣਨ ਹੀ ਨਹੀਂ ਹੋਣੀ ਹੈ ਕਿ ਖੋਤੀ ਕਿਹੜੀ ਆ ਔਰ ਭੱਡਾਂ ਲੈ ਲੈ ਘਰੇ ਜੀ ਮਾੜਾ ਬਹੁਤ ਹੀ ਪਿਆਰਾ ਦੋਸਤ ਹੈ ਜੀ ਬਚਪਨ ਨਾਲ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਠੀਕ ਹੋ ਠੀਕ ਹੋ ਅੱਲਾ ਦਾ ਸ਼ੁਕਰ ਕੀ ਨਾਮ ਹੈ ਮੇਰੇ ਬਾਈ ਦਾ ਸਰਵਰ ਖਾਨ ਸਰਵਰ ਖਾਨ ਕਿਸ ਜਗ੍ਹਾ ਤੇ ਇਹ ਡੁੜਿਆ ਰਹੀ ਹੋ ਮੋੜ ਕਨਿਆਸ ਇਧਰ ਤੋਂ ਆਜ਼ੀ ਰਹਿ ਰਹਾ ਨਾ ਹਾਂ ਵੀ ਆਇਆ ਨਾ ਵਜ਼ੀਰਿਸਤਾਨ ਸੇ ਆਇਆ ਨਾ ਵਜ਼ੀਰਿਸਤਾਨ ਸੇ ਆਇਆ ਯਹਾਂ ਕਿਤਨੇ ਹੋ ਗਏ ਜੋ ਆਇਆ ਕਿਤਨੇ ਦਿਨ ਹੋ ਗਏ 9 ਮਹੀਨੇ ਹੋ ਗਏ 9 ਮਹੀਨੇ ਹੋ ਗਏ ਉਧਰ ਸੇ ਯਹਾਂ ਤੱਕ ਕਿਤਨੇ ਦਿਨੋਂ ਮੈਂ ਸਫਰ ਤੈਅ ਕੀਤਾ ਹੈ ਤਕਰੀਬਨ 3 ਦਿਨ ਕਾ 3 ਦਿਨ ਮੈਂ ਹਾਂ ਕਿਆ ਬੋਲ ਰਹੇ ਹੋ ਯਾਰ ਯੋ ਵਜ਼ੀਰਿਸਤਾਨ ਸੇ ਆ ਰਹੇ ਗਾੜੀ ਪੇ ਆਇਓ ਹਾਂ ਗਾੜੀ ਪੇ ਉਹ ਤਾਂ ਇਹ ਚੀਜ਼ਾਂ ਕਿਸ ਤਰ੍ਹਾਂ ਲਾਇਓ ਇਹ ਯੋ ਖਿਆਲ ਖਾਨ ਕਾ ਹੈ ਨਾ ਉਸਕੇ ਸਾਥ ਮੁਲਾਜ਼ਮ ਹੈ ਨਾ ਅੱਛਾ ਮੁਲਾਜ਼ਮ ਹੈ ਮੈਂ ਸਮਝਾਈਏ ਸਾਥ ਚਰਾਤੇ ਚਰਾਤੇ ਲਾਇਆ ਹੈ ਹਾਂ ਨਹੀਂ ਨਹੀਂ ਉਸ ਨੂੰ ਮੁਲਾਜ਼ਮ ਆਇਆ ਬਿਲਕੁਲ ਠੀਕ ਇਹ ਵੀ ਆਪਕੇ ਸਾਥ ਹੈ ਹਾਂ ਇਹ ਵੀ ਆਇਆ ਉਹ ਜਾੜ ਕੇ ਨਾ ਉਹ ਦੂਸਰੇ ਦਾ ਇਹ ਉਸਕਾ ਹੈ ਹਾਂ ਉਸਕਾ ਠੀਕ ਹੋ ਗਿਆ ਮੈਂ ਕਿਆ ਹੀ ਬਾਤ ਹੈ ਆਓ ਉਹਦਾ ਚਲਤੇ ਹੈ ਤੁਹਾਨੂੰ ਬਾਈ ਇਹ ਤਾਂ ਥੱਕ ਗਿਆ ਅਬ ਇਨਕੋ ਆਰਾਮ ਕੀ ਜ਼ਰੂਰਤ ਹੈ ਇਹ ਦੇਖੋ ਜੀ ਫੁੱਲ ਦੇਸੀ ਮਾਹੌਲ ਬੋਤਲ ਦੇਖੋ ਜੀ ਇਹ ਸਪੈਸ਼ਲ ਇੰਗਲੈਂਡ ਸੇ ਬੋਤਲ ਹੈ ਇਹ ਬਾਤ ਹੈ ਜੀ ਜੀ ਕੀ ਹਾਲ ਹੈ ਮਾਸਟਰ ਖੈਰ ਹੈ ਅੱਲਾ ਦਾ ਸ਼ੁਕਰ ਆਪ ਸੁਣਾਓ ਸਰ ਠੀਕ ਹੈ ਸ਼ੁਕਰ ਹੈ ਸ਼ੁਕਰ ਹੈ ਕੀ ਨਾਮ ਹੈ ਸਾਬਰ ਖਾਨ ਸਾਬਰ ਖਾਨ ਜੀ ਸਬਰ ਕਰਨ ਵਾਲਾ ਸਾਬਰ ਗੁਜਰ ਖਾਨ ਗਮਾਰਾ ਘਰ ਗੁਜਰ ਖਾਨ ਹੈ ਠੀਕ ਹੈ ਲੈ ਲੈ ਚਰਾਣਾ ਉਧਰ ਕੀ ਨਹੀਂ ਲੈ ਲੈ ਚਰਾਣੇ ਇਧਰ ਕੀ ਆਇਓ ਇਹ ਕਸ਼ਮੀਰ ਹੈ ਕੋਲ ਡੋਲਾ ਇਧਰ ਹੈ ਸ਼ਿਮਾਰ ਬਸ ਕੋਲ ਡੋਲਾ ਪਾਣੀ ਆ ਜਿੱਦਾਂ ਮਰਜ਼ੀ ਆ ਮੂੰਹ ਸਿੱਧਾ ਕਰ ਜਨਾ ਪੱਟੇ ਲੈ ਲੈ ਸਹੀ ਚਰਨਾ ਇਧਰ ਮੂੰਹ ਨਹੀਂ ਸਰ ਸਿੱਧਾ ਕਿਤਾ ਅੱਗੇ ਕਿਧਰ ਇਧਰ ਪਾਣੀ ਵਾਲੀ ਸਾਈਡ ਇਧਰ ਕਰਨਾ ਪਿਓ ਪਾਣੀ ਵਜ ਨਹੀਂ ਜਾਣਾ ਪਾਣੀ ਪੀਏ ਮਾਲ ਕੀ ਕਰੇਗਾ ਆਪਕਾ ਨਾਮ ਕਿਆ ਹੈ ਮੇਰਾ ਰਾਸ਼ਦ ਰਾਸ਼ਦ ਕਿਧਰ ਕਰੇਨੇ ਵਾਲਾ ਹੈ ਇਧਰ ਡਡਿਆਲ ਕਾ ਪੱਕਾ ਹਾਂ ਅੱਛਾ ਜੀ ਆਬੀ ਤੱਕ ਸੋਚ ਰਹਾ ਹਾਂ ਮੈਂ ਘਰ ਬਣਾ ਲਵਾਂ ਇਧਰ ਜੀ ਸੋਚ ਰਹਾ ਹਾਂ ਇਧਰ ਘਰ ਬਣਾ ਲਵਾਂ ਇੱਕ ਇਧਰ ਹਾਂ ਇਧਰ ਪਾਣੀ ਆਤਾ ਕੱਲ ਮਰ ਜਾਣਾ ਉੱਪਰ ਪਾਣੀ ਆਤਾ ਹੈ ਫਿਰ ਕਸ਼ਤੀ ਮੈਂ ਬਣਾਉਣਾ ਹੈ ਨਾ ਫਿਰ ਕਸ਼ਤੀ ਮੈਂ ਬਣਾਉਣਾ ਹੈ ਜਦ ਪਾਣੀ ਆਏ ਨਾ ਬੰਦਾ ਉੱਪਰ ਚਲਾ ਜਾਂਦਾ ਹੈ ਬਣਾਓ ਬਣਾਓ ਕੋਈ ਬਾਤ ਨਹੀਂ ਭਾਈ ਆਪ ਸਿਰਫ ਬੱਕਰੀਆਂ ਔਰ ਭੇਡੇ ਲੈਣੀ ਹੈ ਜੀ ਮਿਲ ਜਾਏਗੀ
मिल जाना मिल जाना मुफ्त में मुफ्त किधर भी जाना 4000 3000 2000 पंजाब में बोल दे पंजाब के डंगरा के बीमारी मिल जाना सस्ता इधर बच्चा लेना है पैड का अच्छा कितने का मिलेगा बच्चा सोने के मुकाबला में किया भाई जान ओहो फिर सोना ले लो इसको छोड़ो गोली सोना मारो सोना 1.5 लाख रुपए पहले सोना इतना रेट में होना ये बड़ा महंगा हो गया बेटे कितना महंगा हो गया ये बड़ा महंगा है गरीब वाले से बाहर है ये तुम्हारा स्कूटर कितना है ये ज्यादा होना 9000 और ये लेगा ना ये लेगा देखो चल मैं ना यहाँ का गरीब है हमारा था और ये कुछ नहीं हमारे से बाहर है हमारे से बाहर है चलो जी कोई दे विद्वाना ले गया यार विद्वानी कलाना वापस ले गया जाकर क्या करेगा इंदौर से लेफर से इंदौना ले गया इंदौना नहीं इंदौना समझ गया सरदा सरदा लेगा हाँ इसके दियो वापस आएगा जल्दी ठंडा तो नहीं होगा गर्म होगा ठंडा गर्म होना को चलना पठान लोग खाना कोई टेंशन नहीं है भाई बहुत अच्छा हाँ जी इंदौना ले ऐसा तो कुछ खान साहब उन जुले दुमाना अन्य वैसे माशाल्लाह खान साहब ना दबाओ ना अपना शर्ट कार्ड चेक कराओ शर्ट कार्ड दे देना खान मिले ही ना ਹੁਣ ਮੋਟਰਸਾਈਕਲ ਇੱਧਰ ਦੇਣਾ ਆ ਇੱਕ ਦੋ ਤਿੰਨ ਗਵਾਹ ਠੀਕ ਹੈ ਪੂਰਾ ਹੋ ਗਿਆ ਗਵਾਹ ਵੀ ਆਪਣੇ ਰੱਖਣੇ ਹੋ ਮੰਗਲਾ ਡੈਮਣੀ ਤਰਫ ਹੈ ਉਹਦਾ ਪਹਾੜੀ ਕਲਰ ਬੜੀ ਮਸਜਿਦ ਹੈ ਕਲਰ ਬੜੀ ਮਸਜਿਦ ਜਿਹੜਾ ਜੀ ਹੁਣ ਚੰਦ ਕਦਮ ਨੀ ਦੂੜੀ ਪੜਿਆ ਔਰ ਅਸਾਂ 5 ਮਿੰਟਾਂ ਹੀ ਨੀ ਕਲਰ ਬੜੀ ਮਸਜਿਦ ਕੋਲ ਉਸਾਂ ਫਾਈਨਲੀ ਇਸ ਵੇਲੇ ਪਹੁੰਚੀ ਆਏ ਹਾਂ ਜੀ ਕਲਰ ਵੜੀ ਮਸਜਿਦ ਕੋਲ ਕਲਰ ਵੜੀ ਮਸਜਿਦ ਸਾਂ ਤੱਕੀਨੋ ਜੀ ਬਿਲਕੁਲ ਪਾਣੀਆਂ ਨੇ ਅੰਦਰ ਆਈ ਚੁੱਕੀ ਹੈ ਡੁੱਬੀ ਚੁੱਕੀ ਆ ਇਹ ਮੰਗਲਾ ਡੈਮ ਨਾਲ ਪਾਣੀ ਨਾ ਮਸਜਿਦਾਂ ਤੱਕਣਾ ਤਾਂ ਨਾ ਹੀ ਦਰਬਾਰਾਂ ਤੱਕਣਾ ਨਾ ਹੀ ਘਰ ਤੱਕਣਾ ਤਾਂ ਨਾ ਕੁਝ ਹੋਰ ਤੱਕਣਾ ਤਾਂ ਉਹ ਪਾਰ ਸਾਂ ਤੱਕਣੇ ਦੱਸੋ ਹੈ ਖੁਸ਼ਕੀ ਵਿੱਚ ਦੱਸੋ ਕਿ ਢੇਰੀ ਨਜ਼ਰ ਆਈ ਰਹੀ ਅਸੀਂ ਹੈ ਉਹ ਹੈ ਪੀਰ ਸ਼ਰੀਫ ਦੀ ਢੇਰੀ ਉਹ ਵੀ ਹੁਣ ਥੋੜ੍ਹੀ ਜਿਹੀ ਰਹਿਣੀ ਹੈ ਬਾਕੀ ਦਰਬਾਰ ਜਿਹੜੀ ਆ ਜੀ ਉਹ ਇਹਦਾ ਨੀਚਾ ਸੀ ਤਾਂ ਉਹ ਤਾਂ ਮੁਕੰਮਲ ਡੁੱਬੀ ਚੁੱਕੀ ਆ ਤਾਂ ਬਾਕੀ ਇਹਦਾ ਖੜੇਗੀ ਆ ਸਾਰੀ ਕਲਰ ਵੜੀ ਮਸਜਿਦ ਇਸਰੇ ਅੰਦਰ ਜੁਲਣਾ ਤਾਂ ਤੁਸੀਂ ਚੱਕ ਕਰਾਉਣੇ ਆ ਜੀ ਇਸਰੇ ਅੰਦਰ ਵੀ ਪਾਣੀ ਆਇਆ ਜਾਂ ਕੋਈ ਆਇਆ ਮਸਜਿਦ ਨੇ ਅੰਦਰ ਜਾ ਅਸੀਂ ਜਾਣਾ ਪੈਸੇ ਜੀ ਉਹ ਪੈਦਲ ਜਾਣਾ ਪੈਸੀ ਆ ਪਾਣੀਆਂ ਵਿੱਚੋਂ ਹੋਈ ਤਾਂ ਕਿਉਂਕਿ ਹੋਰ ਕੋਈ ਚਾਰਾ ਸਾਂ ਕੋਈ ਆ ਕਿ ਅਸਾਂ ਉਸ ਤੋਂ ਬਗੈਰ ਖਾ ਜੇ ਸਕਾਂ ਪਾਣੀ ਸਾਂ ਤਾਂ ਕੀ ਕਹਿਣਾ ਜੀ ਕਿਤਨਾ ਡੂੰਘਾ ਇਸ ਵੇਲੇ ਮੈਂ ਗੋਡੇ ਡੁੱਬੀ ਚੁੱਕੇ ਫਿਰ ਵੀ ਜਾਣ ਆਉਣਾ ਜਾਂ ਨਹੀਂ ਆਉਣਾ ਇਹ ਹੁਣ ਅਗਲੀ ਸੁਰਤਾਲ ਹੈ ਵਾਹ ਜੀ ਵਾਹ ਮੈਂ ਨਾ ਗੋਡੀਆਂ ਸੂਈ ਉੱਪਰ ਪਾਣੀ ਚਲਾ ਗਿਆ ਜੀ ਫਿਰ ਵੀ ਅਸਾਂ ਜਾਣਾ ਪਿਆ ਅੰਦਰੋਂ ਬੜੇ ਜੇ ਔਖੇ ਪੁੱਛੇ ਹਾਂ ਜੀ ਮਸਜਿਦ ਨੇ ਕੋਲ ਅਸਾਂ ਉਹ ਜਾ ਸਾਂ ਅੰਦਰ ਉਹ ਇੱਧਰੋਂ ਜਾ ਸਾਂ ਅੰਦਰ ਜਿੰਨੇ ਅਸਾਂ ਮਸਜਿਦ ਨੇ ਅੰਦਰ ਵੀ ਪਾਣੀ ਫਿਰ ਚੁੱਕਿਆ ਜੀ ਅੰਦਰੂਨੀ ਆ ਜੀ ਤੁਸੀਂ ਚੱਕ ਕਰੀ ਕਿ ਮਸਜਿਦ ਨਾ ਅੰਦਰੂ ਤਾਂ ਸੇਫ ਹੀ ਹੈ ਪਰ ਨੀਚਾ ਇਸ ਨੇ ਪਾਣੀ ਫਿਰ ਗਿਆ ਜੀ ਮਾਸ਼ਾਅੱਲਾ ਰੌਣਕਾਂ ਲਈਆਂ ਨੇ ਜੀ ਦੂਰੋਂ ਤਾਂ ਪਤਾ ਹੀ ਕੌਣ ਚੱਲਣਾ ਸੀ ਪਾਣੀ ਇਸ ਨੇ ਅੰਦਰ ਗਿਆ ਹੋ ਸੀ ਹੈ ਮਾਸ਼ਾਅੱਲਾ ਅਸਲਾਮ ਵਾਲੇਕੁਮ ਕਾਲਾ ਜੀ ਠੀਕ ਹੋ ਠੀਕ ਹੈ ਅੱਲਾਹ ਦਾ ਸ਼ੁਕਰ ਅਸਲਾਮ ਵਾਲੇਕੁਮ ਕਾਲਾ ਜੀ ਠੀਕ ਹੋ ਅੱਲਾਹ ਦਾ ਸ਼ੁਕਰ ਸੋ ਸੁਣਾਓ ਜੀ ਠੀਕ ਹੋ ਅੱਜ ਤਾਂ ਮੈਂ ਕਿੰਗ ਬਣਤੇ ਹੋਇਆ ਕਿੰਗ ਕਿੰਗ ਆਫ ਪਾਕਿਸਤਾਨ
ਹੋਈ ਗਿਆ ਸੀਨ ਮਾਸ਼ਾਅੱਲਾ ਵੜ ਗਿਆ ਦਬਕਿਆ ਸਾਂ ਤਾਂ ਕੀ ਨਾ ਜੀ ਏਰੀਆ ਪੂਰੇ 'ਚ ਪਾਣੀ ਹੀ ਪਾਣੀ ਹੋ ਗਿਆ ਉਹ ਜਿਹਾ ਪਹਾੜ ਏਰੀਆ ਨਾ ਜੀ ਉਹ ਮੋੜਾ ਕਨਿਆਲ ਨਾ ਏਰੀਆ ਘਰੋਂ ਮੈਂ ਤੱਕਿਆ ਸੀ ਪਤਾ ਕੌਣ ਚੱਲਣਾ ਸੀ ਕਿ ਕਲਰ ਬੜੀ ਮਸਜਿਦ ਹੈ ਜੀ ਉਹ ਪਾਣੀਆਂ ਨੇ ਅੰਦਰ ਆਈ ਹੋਈ ਸੀ ਅਸਾਂ ਤੱਕੋ ਜੀ ਮੰਗਲਾ ਡੈਮ ਨੇ ਪਾਣੀਆਂ ਵਿੱਚ ਕਲਰ ਬੜੀ ਮਸਜਿਦ ਪੂਰੀ ਨਹੀਂ ਪੂਰੀ ਡੁੱਬੀ ਚੁੱਕੀ ਆ ਉਸਨੇ ਇਰਦ ਗਿਰਦ ਪਾਣੀ ਹੀ ਪਾਣੀ ਹੋ ਚੁੱਕਿਆ ਔਰ ਮਸਜਿਦ ਨੇ ਅੰਦਰ ਪਾਣੀ ਫੇਰੀ ਗਿਆ ਜੀ ਜੈਸਾ ਕਿ ਤੁਸੀਂ ਪਤਾ ਹੀ ਹੈ ਕਲਰ ਬੜੀ ਮਸਜਿਦ ਨਾਲ ਇਸ ਜਗ੍ਹਾ ਕਬਰਸਤਾਨ ਵੀ ਸੀ ਆ ਕਬਰਸਤਾਨ ਜਿਹੜਾ ਜੀ ਉਹ ਪੂਰਾ ਪਾਣੀਆਂ ਵਿੱਚ ਡੁੱਬੀ ਚੁੱਕਿਆ ਉਸਨੇ ਸਾਥ ਸੰਗ ਨਜ਼ਰ ਨਾ ਛਣਿਆ ਸਨ ਐਸਾਂ ਕਿ ਉੱਕੀ ਦੁੱਕੀ ਥਾ ਕਵਰ ਨਜ਼ਰ ਛਣੀ ਸੀ ਕਿਆ ਦਾ ਕਵਰ ਹੈ ਜੀ ਤਾਈ ਕਿ ਇਹਦਾ ਹੈ ਇੱਥੇ ਅੱਗੇ ਅਗਰ ਸਾਂ ਜੁਲੋ ਅਗਰ ਤੁਸੀਂ ਚੱਕ ਕਰਾਂ ਇਹਦਾ ਵੀ ਸੰਗ ਥਾ ਕਬਰ ਨਜ਼ਰ ਛਣੀ ਸੀ ਜੀ ਗੁਲਾਮ ਮੁਸਤਫਾ ਵਾਲ ਦਰਵੇਸ਼ ਇੱਥੇ ਇੱਕ ਕਬਰ ਹੈ ਇਹ ਪਾਣੀਆਂ ਨੇ ਅੰਦਰ ਬਾਕੀ ਕਬਰਾਂ ਅਸੀਂ ਕਹਿੰਦੇ ਨਜ਼ਰ ਛੀਆਂ ਹੁਣ ਅਸਾਂ ਬਾਹਰ ਨਿਕਲੀ ਦਾ ਪਾਣੀਆਂ ਨੇ ਅੰਦਰ ਬਿਲਕੁਲ ਅਸਾਂ ਗਏ ਹਾਂ ਤਾਂ ਉਹ ਪਾਰ ਖੁਸ਼ਕੀ ਆ ਜਾਣੇ ਤੱਕ ਅਸਾਂ ਕੀ ਲੋਹੇ ਜਸੀ ਆ ਤਾਂ ਅਸਾਂ ਹੁਣ ਆ ਚੁੱਕੇ ਹਾਂ ਜੀ ਬਾਹਰ ਕਲਰ ਬੜੀ ਮਸਜਿਦ ਨੇ ਬੈਕ ਸਾਈਡ ਵੀ ਪਾਣੀ ਫੇਰੀ ਚੁੱਕਿਆ ਜੀ ਤਾਂ ਬਾਕੀ ਆਵਾਮ ਥਾ ਆਈ ਸੀ ਕਲਰ ਬੜੀ ਮਸਜਿਦ ਹੀ ਤੱਕਣਾ ਸਾ ਆਖਰੀ ਵਾਰੀ ਤਾਂ ਮੰਗਲਾ ਡੈਮ ਨਾਲ ਪਾਣੀ ਸਾਂ ਤੱਕੀ ਨਾ ਜੀ ਕਿੱਥਾ ਤੱਕ ਗਿਆ ਇਹ ਕਲਰ ਬੜੀ ਮਸਜਿਦ ਹੈ ਤਾਂ ਇੱਥੋਂ ਸਾਂ ਤੱਕ ਮੰਗਲਾ ਡੈਮ ਨਾਲ ਪਾਣੀ ਜਿਹੜਾ ਜੀ ਉਹ ਪਰ ਸੂਰਜਾ ਤੱਕ ਪਹੁੰਚੀ ਗਿਆ ਤਾਂ ਸੂਰਜ ਵੀ ਆਲਮੋਸਟ ਹੁਣ ਲੈਣਾ ਪਿਆ ਤਾਂ ਅਸਾਂ ਨੂੰ ਕੋਸ਼ਿਸ਼ ਕੀਤੀ ਜਾਣਾ ਜੀ ਉਹ ਲੋਹੇ ਲਈ ਘਰ ਲਗੇ ਜੁਲਾਂ ਨਹਿਰੇ ਵਿੱਚ ਨਾ ਜਾਵਾਂ ਬਾਕੀ ਅੱਜ ਦੀ ਵੀਡੀਓ ਦੌਰਾਨ ਜੋ ਕਿਸੇ ਕਿਸਮ ਦੀ ਗਲਤੀ ਕੀਤੀ ਹੋਈ ਹੈ ਤਾਂ ਮਾਫ਼ ਕਰੇ ਤਾਂ ਬਹੁਤ ਜਲਦ ਸਾਡੀ ਖਿਦਮਤ ਇੱਕ ਨਵੀਂ ਵੀਡੀਓ ਹਾਜ਼ਰ ਹੋ ਸਾਂ ਤਦ ਤੱਕ ਦੱਸੋ ਇਜਾਜ਼ਤ ਕੀ ਮਾਨ ਲਾ